री कब्र में मुझको अकेला छोड़ जाएंगे जाएंगेरी कब्र में मुझको अकेला छोड़ जाएंगे वहाँ पर तुम्हारे फजल से हो उजाला यार अल्लाह तुम्हारे फजल से वहाँ पर हो उजाला यार रसूल सुना है आप हर आशिक के घर तशरीफ लाते हैं सुना है आप हर आशिक के घर तशरीफ लाते हैं हमारे घर में भी हो जाए रसूल अल्लाह हमारे घर में भी हो जाए चरा गार रजीम बिस्मिल्लाहिर राजिम रहीम मेरे दोस्तों तो मेरे इस्लामी भैन भ्राओ ਲੋ ਬੱਚੋ ਅੱਜ ਤੁਹਾਨੂੰ ਮੈਂ ਇੱਕ ਇਸਤਖਾਰਾ ਦੱਸਣਾ ਬਾ ਮੌਕਲ ਇਸਤਖਾਰਾ ਕੋਈ ਅਸਬ ਮੁਸ਼ਕਲ ਬਣ ਜਾਈਦੀ ਨਾ ਸਮਝ ਆਂਦੀ ਹੋਵੇ ਤੁਹਾਨੂੰ ਤੇ ਫਿਰ ਤੁਸੀਂ ਇਹ ਇਸਤਖਾਰਾ ਕਰਨਾ ਹੈ 3 ਦਿਨ ਲਗਾਤਾਰ ਇਨਸ਼ਾਅੱਲਾ ਤੁਹਾਨੂੰ ਉਸ ਚੀਜ਼ ਦਾ ਜਿਹੜਾ ਚੀਜ਼ ਤੁਸੀਂ ਮਾਲੂਮਾਤ ਕਰਨਾ ਚਾਹੁੰਦੇ ਹੋ ਇਨਸ਼ਾਅੱਲਾ ਤੁਹਾਨੂੰ ਖਾਬ ਵਿੱਚ ਦੱਸਿਆ ਜਾਏਗਾ ਦਿਖਾਇਆ ਜਾਏਗਾ ਤੇ ਇਸਤਖਾਰਾ ਬੱਚੋ ਬਾ ਮੌਕਲ ਹੈਗਾ ਜੀ ਤੇ ਯਾਦ ਲੈ ਕੇ ਪੜਨਾ ਹੈ ਤੇ ਇਹਦੇ ਵਿੱਚ ਬਿਹਤਰ ਹੈਗਾ ਠੀਕ ਹੈ तो बच्चों उस उसत मैं पढ़ के सुना दन इन याद कर लेना इस बारा इस तरह है जी बिस्मिल्लाहिर्रहमानिर्रहीम मुहम्मद सल्लल्लाहु अलैहि वसल्लम रब्बे इब्राहिम सलाम और रब्बे मूसा और रब्बे असाक़ और रब्बे यक़ूब अलैहि सलाम वब रब्बे जिब्राईल अलैहि सलाम रब मैका ईर आल्लामो रब इस फ़िर आलमो रब इज़रा ईर आलाम व मुन तौरात वल अनजील व जबूर वल फुर्ुरु़ान अज़ीम अदनी फ़ी मनामी अलता अंता आलम बेहि मिन्नी लो बच्चो इस तगारा चंगी तरह याद करके ਦੋ ਨਫਲ ਨਮਾਜ਼ ਪੜਨੇ ਇਹ ਇਸਤਿਖਾਰਾ ਪਹਿਲੀ ਰਕਤ ਵਿੱਚ ਆਲਮ ਸੁਰ ਬਾਦ ਪੰਜ ਦਫਾ ਸੂਰਤ ਆਲਮ ਨਸ਼ਰਾ ਪੜਨੀ ਹੈ ਤੇ ਦੂਜੀ ਰਕਤ ਵਿੱਚ ਵੀ ਪੰਜ ਦਫਾ ਆਲਮ ਨਸ਼ਰਾ ਸੂਰਤ ਪੜਨੀ ਹੈ ਆਲਮ ਸੁਰ ਤਬਾਰ ਪੜ ਕੇ ਉਸ ਤੋਂ ਬਾਅਦ ਇਸ ਦੁਆ ਨੂੰ ਇਸਤਿਖਾਰੇ ਦੁਆ ਨੂੰ ਤੁਸੀਂ 40 ਦਫਾ ਪੜਨਾ ਹੈ ਕਿਉਂਕਿ ਇਹ ਸ਼ਾਦੀ ਨਮਾਜ਼ ਬਾਅਦ ਇਸਤਿਖਾਰਾ ਕਰਨਾ ਜੇ ਇਹ ਦੁਆ ਚੰਗੀ ਹੈ ਯਾਦ ਕਰਕੇ ਦੋ ਨਫਲ ਨਮਾਜ਼ ਇਸਤਿਖਾਰਾ ਪੜ ਕੇ ਹਰ ਰਕਤ ਦੇ ਵਿੱਚ ਆਲਮ ਸ਼ਰੀਫ ਤੋਂ ਬਾਅਦ ਤੁਸੀਂ ਪੰਜ ਦਫਾ ਆਲਮ ਨਸ਼ਰਾ ਪੜ੍ਹਨੀ ਆਲਮ ਨਸ਼ਰਾ ਲਗ ਸਦਰਾ ਕੈ ਸੂਰਜ ਜੜੀ ਆਗੇ ਪੰਜ ਦਫਾ ਪਹਿਲੀ ਰਕਤ ਵਿੱਚ ਪੰਜ ਦਫਾ ਦੂਸਰੀ ਰਕਤ ਵਿੱਚ ਉਸ ਤੋਂ ਬਾਅਦ 40 ਦਫਾ ਤੁਸੀਂ ਇਹ ਦੁਆ ਪੜ੍ਹਨੀ ਜਿਹੜੀ ਤੁਹਾਨੂੰ ਪੜ੍ਹ ਕੇ ਦੱਸੀ ਹੈ ਲੋ ਬੱਚੋ ਜੈਸੇ ਵੀ ਕੋਈ ਤੁਹਾਨੂੰ ਨਹੀਂ ਸਮਝ ਆਉਂਦੀ ਕਿਸੇ ਕੰਮ ਦੀ ਇਹ ਤੁਸੀਂ ਪੜੋਗੇ ਇਨਸ਼ਾਅੱਲਾ ਰਾਤ ਨੂੰ ਤੁਹਾਨੂੰ ਇਸ਼ਾਰਾ ਕਰ ਦਿੱਤਾ ਜਾਏਗਾ ਤਾਂ ਲੇਕਿਨ ਜਿਆਦਾ ਲਾਗੇ ਬੱਚੇ ਪੜੋਗੇ ਤਾਂ ਕੋਈ ਮਸਲਾ ਨਹੀਂ ਹੋਏ ਖੌਫ ਨਹੀਂ ਆਏਗਾ ਲੋ ਬੱਚੋ ਇਹਨੂੰ ਤੁਸੀਂ ਪੜਨਾ ਹੈ ਤੇ ਜਾਤ ਲੈ ਕੇ ਪੜਨਾ ਜੀ ਠੀਕ ਹੈ ਤੇ ਦੂਜੇ ਨੰਬਰ ਤੇ WhatsApp ਨੰਬਰ ਤੇ ਆਪਣਾ ਤੁਸੀਂ ਸਵਾਲ ਮੈਸੇਜ ਕਰਾ ਕਰਕੇ ਪੁੱਛ ਲੈਣਾ ਹੈ ਬਸ ਫੇਰ ਉਸ ਤੋਂ ਬਾਅਦ ਇਨਸ਼ਾਅੱਲਾ ਖੈਰ ਹੀ ਖੈਰ ਹੈ ਤੁਹਾਨੂੰ ਜਾਤ ਮਿਲ ਜੇਗੀ ਤੋੜਾ ਤੁਹਾਨੂੰ ਵੀਡੀਓ ਅੱਛੀ ਲੱਗੇ ਬੱਚੋ ਇਹਨੂੰ ਸਬਸਕ੍ਰਾਈਬ ਵੀ ਕਰਨਾ ਜੇ ਲਾਈਕ ਕਰਨਾ ਤੇ ਸ਼ੇਅਰ ਵੀ ਕਰਿਆ ਕਰੋ ਹੋਰ ਲੰਗਰ ਹਿਸਾਬ ਵੀ ਪਾਇਆ ਕਰੋ ਵੀ ਯਾਦ ਰੱਖਿਆ ਕਰੋ ਹਾਂਜੀ ਲੋ ਫਿਰ ਅਸਲਾਮੁਅਲੈਕਮ ਬੱਚਿਓ ਨੂੰ ਯਾਦ ਰੱਖਣ ਜਾ ਵੀਡੀਓ